महल कलां दे पिंड महल खुर्द विच दिन दिहाड़े चोरां वल्लों एक घर विच चोरी कीती गई। जानकारी अनुसार हरदीप सिंह वासी महल खुर्द 10 बजे अपने परिवार समेत छपा के मेले ते गए हुए सन। उन्हां दे विदेश विच रहिंदे पुत्तर ने कॉल कीती कि घर विच लगे कैमरे बंद हन। परिवारक मैंबर ने तुरंत घर वापसी कर दित्ती। जद घर आके वेख्या तां घर विच लग्या ताला भी टुट्टिया होया सी अते घर विचों कीमती समान भी 40,000 कैश 50 तोले सोना घर विचों गायब सी अते घर अंदर सारा समान खिल रिहा पिया सी। घर विच लगे सीसीटीवी कैमरियां दा डीवीआर भी चोरी हो गया। परिवारक मैंबरां वल्लों तुरंत पुलिस नूं सूचना कर दित्ती गई। पुलिस पार्टी मौके ते पहुंच के तरीके नाल जांच शुरू कर दित्ती। आने वाले समय च पता लगेगा कि किस वल्लों इस घिनौनी घटना नूं अंजाम दित्ता गया। अंबेडकर मिशन न्यूज चैनल दे नाल महल कलां तों पत्रकार मनजीत सिंह दी खास रिपोर्ट। अमरजीत कौर ते मलकीत कौर जी, की घटना वापरी है? ਅੱਜ ਜੀ ਅਸੀਂ ਸਵੇਰਿਓਂ ਗਏ ਸੀਗੇ ਮਿੱਟੀ ਕੱਢਣ ਵਾਸਤੇ ਛਪਾਰ, ਬੱਚੇ ਨੂੰ ਚੱਲ ਇੰਜੋਏ ਕਰ ਲੂ ਉਹਨੂੰ ਲੈ ਕੇ ਗਏ ਸੀਗੇ। ਐਤਵਾਰ ਦਾ ਦਿਨ? ਹਾਂਜੀ ਐਤਵਾਰ ਦਾ ਦਿਨ। ਸਾਰੇ ਜਾਣੇ ਗਏ? ਹਾਂਜੀ ਅਸੀਂ ਸਾਰੇ ਜਾਣੇ ਗਏ ਸੀ। ਘਰੇ ਕੋਈ ਨਹੀਂ ਸੀ? ਘਰੇ ਕੋਈ ਨਹੀਂ ਸੀਗਾ। ਸਾਡੇ ਇੱਕ 9:45 ਦਾ ਟਾਈਮ ਸੀਗਾ। ਅੱਛਾ ਜੀ। ਸਾਨੂੰ ਕੋਈ ਇਸ ਤਰ੍ਹਾਂ ਦਾ ਬਿਲਕੁਲ ਵੀ ਮਤਲਬ ਇਸ ਤਰ੍ਹਾਂ ਹੈ ਨਹੀਂ ਸਾਡੇ ਨਾਲ ਵੀ ਇਹੋ ਜਿਹੀ ਘਟਨਾ ਅੱਜ ਤੱਕ ਕਦੇ ਹੋਈ ਨਹੀਂ, ਨਾ ਕੋਈ ਸ਼ੱਕੀ ਬੰਦਾ ਮਤਲਬ ਕਦੇ ਸਾਡੇ ਆਇਆ ਜੀ। ਤੇ ਉਸ ਥੱਲੇ ਹਾਂਜੀ ਅਸੀਂ ਬਸ ਮਤਲਬ ਤਿਆਰ ਹੋ ਕੇ, ਸਾਡੇ ਗੁਆਂਢ ਤੋਂ ਨੇਗੀਆਂ ਇੱਕ ਬਹੂ ਇੱਕ ਕੁੜੀ ਆ, ਤੇ ਉਹਨਾਂ ਦੇ ਡੈਡੀ ਦੀ ਥੋੜ੍ਹੇ ਜਿਹੇ ਦਿਨ ਹੋ ਕੇ ਡੈਥ ਹੋ ਗਈ, ਤੇ ਮਤਲਬ ਅਸੀਂ ਕਿਹਾ ਚੱਲ ਉਹਨੂੰ ਵੀ ਨਾਲ ਲੈ ਜਾਂਦੇ ਹਾਂਗੇ। ਅਸੀਂ ਇਸ ਤਰ੍ਹਾਂ ਕਰਕੇ ਉਹਨਾਂ ਨਾਲ ਲੈ ਗਏ ਤੇ ਗਈ ਹਾਂ ਅਸੀਂ ਜਾ ਕੇ ਆਪਣੇ ਬੇਟੇ ਨੂੰ। ਮੈਂ ਮੈਸੇਜ ਕਰ ਗਈ ਸੀ ਜਾਂਦੀ ਹੋਈ ਵੀ ਬੇਟਾ ਤੂੰ ਧਿਆਨ ਰੱਖੀ, ਆਪਣੇ ਕੈਮਰੇ ਲੱਗੇ ਹੋਏ ਨੇਗੇ ਵੀ ਅਸੀਂ ਜਾ ਰਹੇ ਹਾਂਗੇ ਮਿੱਟੀ ਕੱਢਣ, ਤੇ ਉਹਨੇ ਓਕੇ ਕਹਿ ਤਾ ਵੀ ਠੀਕ ਆ। ਉਸ ਤੋਂ ਬਾਅਦ ਉਹਨੇ ਕੈਮਰੇ ਬਾਹਰ ਆਨਲਾਈਨ ਚੱਲਦੇ ਤੁਹਾਡੇ? ਹਾਂਜੀ ਸਾਰੇ ਬੋਲ ਵੀ ਭਰਿਆ ਜਾਂਦਾ ਉਹਦੇ 'ਚ, ਮਤਲਬ ਬਿਲਕੁਲ ਕਲੀਅਰ ਆਉਂਦਾ, ਰੰਗੀਨ ਨੇਗੇ ਕੈਮਰੇ ਜੋ ਵੀ ਆ ਜਿੰਨੇ ਹੁੰਦੇ ਆ। ਅਤੇ ਉਹਨੇ ਓਕੇ ਕਹਿਤਾ, ਉਹ ਕਹਿੰਦਾ ਠੀਕ ਆ ਵੀ, ਫਿਰ ਮੈਨੂੰ ਬੋਲ ਵੀ ਦਿੱਤਾ ਵੀ ਠੀਕ ਆ ਸਾਰਾ ਕੁਛ ਠੀਕ ਆ ਕਰਕੇ। ਉਸ ਤੋਂ ਬਾਅਦ ਜਦੋਂ ਮਤਲਬ 11:15 ਕੁ ਦੇ ਟਾਈਮ ਦੇ ਵਿੱਚ ਮਤਲਬ ਉਹਨੇ ਸਾਨੂੰ ਫੇਰ ਫੋਨ ਲਾਇਆ, ਉਹ ਕਹਿੰਦਾ ਮੰਮੀ ਤੁਸੀਂ ਕੈਮਰੇ ਬੰਦ ਕਰਿਆ ਹੈ ਵੀ, ਮਤਲਬ ਇੱਕ ਵਾਰੀ ਤਾਂ ਮੈਂ ਦੇਖਿਆ ਉਦੋਂ ਤਾਂ ਠੀਕ ਚੱਲਦੇ ਸੀਗੇ ਸਾਰਾ ਕੁਛ ਠੀਕ ਸੀਗਾ, ਤਾਂ ਵੀ ਕੈਮਰੇ ਬੰਦ ਹੋਏ ਪਏ ਨੇਗੇ। ਮੈਂ ਕਿਹਾ ਨਹੀਂ ਪੁੱਤ ਵੀ ਅਸੀਂ ਤਾਂ ਬੰਦ ਨਹੀਂ ਕਰੇ, ਲਾਈਟ ਲੂਟ ਵੀ ਸਾਰੀ ਓਕੇ ਹੀ ਆ ਵੀ, ਉਵੇਂ ਚੱਲਦੀ ਸੀ ਵੀ ਇਨਵੈਟਰ 'ਤੇ ਲੱਗੇ ਪਏ ਨੇ ਕੈਮਰੇ ਬਾਈ। ਅਸੀਂ ਉਸ ਤੋਂ ਬਾਅਦ ਕਹਿੰਦਾ ਨਹੀਂ ਤੁਸੀਂ ਚੈੱਕ ਕਰੋ ਵੀ ਕੋਈ ਲੈ ਬੰਦ ਨਾ ਕਰਿਆ ਹੋ। ਅਸੀਂ ਕਿਹਾ ਨਹੀਂ ਬੰਦ ਨਹੀਂ ਕੀਤੇ। ਫਿਰ ਉਹ ਕਹਿੰਦਾ ਤੁਸੀਂ ਕਹੋ ਕਿਸੇ ਨੂੰ ਵੀ, ਆਪਣੇ ਗੁਆਂਢ ਕਹੋ ਕਿਸੇ ਨੂੰ ਵੀ ਦੇਖ ਕੇ ਆਵੇ, ਆਪਣੇ ਘਰ ਮਤਲਬ ਕੋਈ ਗੱਲ ਤਾਂ ਨਹੀਂ ਹੈਗੀ। ਉਹਦੇ ਮਨ 'ਚ ਪਹਿਲਾਂ ਹੀ ਇਸ ਤਰ੍ਹਾਂ ਜਾਣੀ ਫੀਲ ਕੀਤੀ ਉਹਨੇ ਗੱਲ ਇਹ। ਚਲੋ ਉਹ ਆਪਣੇ ਮਤਲਬ ਅਸੀਂ ਫੋਨ ਲਾਇਆ ਆਪਣੇ ਜਿਹੜੀ ਮੇਰੇ ਨਾਲ ਕੁੜੀਆਂ ਸੀਗੀਆਂ ਸਾਡੇ ਨਾਲ, ਉਹਨਾਂ ਨੇ ਕੁੜੀਆਂ ਨੇ ਆਪਦੀ ਮੰਮੀ ਨੂੰ ਫੋਨ ਲਾਇਆ, ਉਹਦੀ ਮੰਮੀ ਕਿਤੇ ਸ਼ਾਇਦ ਨਹਾਉਂਦੀ ਹੋਣੀ ਜਾਂ ਪਰੇ ਉਰੇ ਹੋਊਗੀ, ਉਹਨੇ ਫੋਨ ਨਹੀਂ ਚੱਕਿਆ, ਅਸੀਂ ਕਈ ਫੋਨ ਲਾਏ ਉਹਨਾਂ ਨੇ ਫੋਨ ਨਹੀਂ ਚੱਕਿਆ। ਉਸ ਤੋਂ ਬਾਅਦ ਆਪਾਂ ਉਹਨਾਂ ਨੇ ਆਪਦੇ ਭਰਾ ਨੂੰ ਫੋਨ ਲਾਇਆ, ਪਹਿਲਾਂ ਵੱਡੇ ਨੂੰ ਲਾਇਆ ਫਿਰ ਛੋਟੇ ਨੂੰ ਲਾਇਆ, ਇਸ ਤਰ੍ਹਾਂ ਕਰਕੇ ਫਿਰ ਉਹਦੀ ਮੰਮੀ ਨੇ ਜਾਣੀ ਫੋਨ ਚੱਕ ਲਿਆ, ਅਤੇ ਉਹਦੀ ਮੰਮੀ ਫਿਰ ਮਤਲਬ ਬਾਹਰ ਆਈ, ਦੇਖਿਆ ਆਪਣਾ ਬਾਹਰਲਾ ਲੌਕ ਲੱਗਿਆ ਹੋਇਆ ਸੀਗਾ, ਅਤੇ ਬਾਹਰਲਾ ਲੌਕ ਉਵੇਂ ਲੱਗਿਆ ਹੋਇਆ, ਉਹ ਬਾਹਰ ਬੈਠੀਆਂ ਗੱਲਾਂ ਗੁੱਲਾਂ ਕਰੀ ਗਈਆਂ, ਅਤੇ ਉਹਨਾਂ ਨੂੰ ਕੋਈ ਮਤਲਬ ਪਤਾ ਨਹੀਂ ਲੱਗਿਆ, ਕਿਉਂਕਿ ਉਹ ਛੋਟੀ ਜਿਹੜੀ ਆਪਣੇ ਕੰਧ ਆ ਗਈ ਇੱਧਰਲੀ ਬੀਹੀ ਵਾਲੀ ਸਾਈਡ, ਉਹਦੇ ਉੱਪਰ ਦੀ ਹੋਇਆ, ਉਹਦੇ ਉੱਪਰ ਮੇਰੇ ਹਾਂਜੀ ਉਹਦੇ ਮਤਲਬ ਗਲਾਸ ਗਲੂਸ ਜੇ ਰੱਖੇ ਹੋਏ ਸੀ ਟੁੱਟੇ ਹੋਏ ਥੋੜ੍ਹੇ ਜਿਹੇ, ਜਾਂ ਗਮਲੇ ਜੇ ਰੱਖੇ ਹੋਏ ਸੀ, ਉਹ ਉਹਨਾਂ ਨੇ ਉੱਤਰ ਗਏ ਉੱਤਰੇ, ਪਤਾ ਨਹੀਂ ਕਿਹੜੇ ਹਿਸਾਬ ਨਾਲ, ਜਾਣੀ ਕਿ ਉਹ ਉਹਨਾਂ ਦੇ ਜਦ ਅਸੀਂ ਆਏ ਹਾਂ ਥੱਲੇ ਰੱਖੇ ਪਏ ਸੀ ਹਾਂਜੀ ਕੰਧ ਟੱਪ ਕੇ। ਉਸ ਤੋਂ ਬਾਅਦ ਮੇਰੀ ਜਿਹੜੀ ਮਤਲਬ ਮੇਨ ਗੇਟ ਸੀ ਉਹਨੂੰ ਤਾਂ ਲੌਕ ਲੱਗਿਆ ਹੀ ਹੋਇਆ ਸੀ, ਅਤੇ ਉਹ ਤਾਂ ਮੈਂ ਖੋਲ੍ਹਿਆ, ਖੋਲ੍ਹ ਕੇ ਗੱਡੀ ਅੰਦਰ ਆ ਗਈ, ਇਹ ਗੱਡੀ ਦੇ ਵਿੱਚੋਂ ਘਰ ਦੇ ਉੱਤਰਦੇ ਹੀ ਨੇ ਹਜੇ, ਅਤੇ ਜਦੋਂ ਮੈਂ ਦੂਜੀ ਚਾਬੀ ਜਿਹੜਾ ਮਤਲਬ ਸਾਡਾ ਲੌਬੀ ਵਾਲੇ ਸਾਰਾ ਉਹਨੂੰ ਲੌਕ ਲਾਇਆ ਹੋਇਆ ਸੀ, ਅਤੇ ਜਦੋਂ ਮੈਂ ਚਾਬੀ ਮਤਲਬ ਚੱਕੀ ਅਤੇ ਚੱਕ ਕੇ ਮੈਂ ਗੇਟ ਖੋਲ੍ਹਣ ਲੱਗੀ ਤਾਂ ਲੌਕ ਖੁੱਲ੍ਹਾ ਸੀਗਾ। ਜਦੋਂ ਮੈਂ ਆਖਿਆ ਆਪਣਾ, ਮੈਂ ਕਿਹਾ ਲੌਕ ਤਾਂ ਖੁੱਲ੍ਹਾ ਹੀ ਪਿਆ ਗਾ, ਮੈਂ ਲਾ ਕੇ ਗਈ ਹਾਂ, ਅਤੇ ਇਹ ਹਜੇ ਅੰਦਰ ਵੜੀ ਨਹੀਂ ਸੀ, ਪਹਿਲਾਂ ਮੈਂ ਹੀ ਅੰਦਰ ਵੜੀ, ਤਾਂ ਉਸ ਤੋਂ ਬਾਅਦ ਉਹ ਖੋਲ੍ਹ ਕੇ ਟੰਗਿਆ ਪਿਆ ਜੀ, ਹਾਂਜੀ ਜਿੰਦਾ ਖੋਲ੍ਹ ਕੇ ਮਤਲਬ ਨਾਲ ਬਾਹਰਲੀ ਸਾਈਡ ਟੰਗਿਆ ਪਿਆ, ਚਾਬੀ ਮੇਰੇ ਹੱਥ 'ਚ ਆ ਗਈ। ਅਤੇ ਉਸ ਤੋਂ ਬਾਅਦ ਜਦੋਂ ਮੈਂ ਇੱਕ ਕਦਮ ਗਾਹਾਂ ਪੱਟਿਆ ਤਾਂ ਜਿਹੜੇ ਆਪਣੇ ਮਤਲਬ ਕੈਮਰਿਆਂ ਦਾ ਮੇਨ ਮਤਲਬ ਹੈਗਾ ਉਹਦਾ, ਹਾਂਜੀ ਉਹਦਾ ਢੱਕਣ ਮੂਹਰੇ ਪਿਆ ਬਾਹਰ ਹੀ ਥੱਲੇ ਡਿੱਗਿਆ ਪਿਆ। ਮੈਂ ਕਿਹਾ ਵੀ ਭੈਣੇ, ਮੈਂ ਕਿਹਾ ਤਾਂ ਲੈ ਆਪਣੀ ਲਾਈਟ ਸ਼ਾਰਟ ਹੋ ਗਈ ਵੀ ਉਹਦੇ ਕਰਕੇ ਮਤਲਬ ਕੈਮਰੇ ਬੰਦ ਹੋ ਗਈ, ਤਾਂ ਮਤਲਬ ਜਦ ਮੈਂ ਉਦੋਂ ਗਾਹਾਂ ਕਦਮ ਪੱਟਿਆ, ਮੈਂ ਕਿਹਾ ਇਹ ਦੇਖੀ ਪਤਾ ਨਹੀਂ ਕਿੰਨਾ ਨੁਕਸਾਨ। ਜਦ ਮੈਂ ਗਾਹਾਂ ਕਦਮ ਪੱਟਿਆ ਤਾਂ ਮਤਲਬ ਜਿਹੜਾ ਸਾਡਾ ਏਸੀ ਰੂਮ ਹੈਗਾ ਉਹਦੇ ਲਾਈਟ ਚੱਲਦੀ ਸੀ, ਤਾਂ ਉਹਦੇ ਵਿੱਚ ਮੇਰੇ ਵਾਲੀ ਅਲਮਾਰੀ ਦਾ ਸਾਰਾ ਸਮਾਨ ਬੈੱਡ 'ਤੇ ਫੋਲਿਆ ਪਿਆ ਸੀਗਾ ਹਾਂਜੀ। ਮੈਂ ਆਖਿਆ ਵੀ, ਮੈਂ ਕਿਹਾ ਲੈ ਵੀ ਆਪਣੇ ਤਾਂ ਚੋਰੀ ਹੋ ਗਈ, ਇਹ ਮੈਨੂੰ ਕਹਿੰਦੇ ਐਵੇਂ ਬੋਲੀ ਜਾਂਦੀ ਹਾਂ ਤੂੰ ਚੋਰੀ ਥੋੜ੍ਹੀ। ਜਦੋਂ ਮੈਂ ਗਾਹਾਂ ਹੋਈ, ਗਾਹਾਂ ਦੂਜਾ ਕਮਰਾ ਵੀ ਸਾਰਾ ਫੁੱਲਿਆ ਪਿਆ, ਜਦੋਂ ਮੈਂ ਸਟੋਰ ਦੇ ਵਿੱਚ ਦੇਖਿਆ ਤਾਂ ਸਾਰੇ ਪੇਟੀਆਂ ਖੋਲ੍ਹ ਕੇ ਜਿਹੜੇ ਵਿੱਚ ਮਤਲਬ ਸੋਨੇ ਦਾ ਸਮਾਨ ਸੀ ਸਾਰਾ ਉਹ ਫੁੱਲਿਆ ਪਿਆ।
पिंड महल खुरद हरदीप सिंह ने वो थाने आए थे 2 बजे के करीब भी मैं अपने परिवार के नाल अज छपार मेले ते गया सी पिछों घर कोई नहीं सी लॉक ला के गया सी जो आके देखिया तो घर के लॉक टुटे हुए थे तो अंदर दरवाजे अंदर ही वड़ के पेटी अलमारी उन्हें लॉक तोड़ के साढ़े घरों 50 तोले के करीब सोना सीगा तो 40,000 रुपया कैश सीगा वो लै गए। उस संबंधी आके मौका देखिया डॉग स्क्वाड बुलाया फिंगरप्रिंट चेक करवा रहे हैं चेक जिन्ने आले दुआले कैमरे वो चेक कर रहे हैं जो भी सामने आया उस हिसाब नाल कार्रवाई की जाऊगी। हाँ घरे लगे हुए थे DVRO की ला के जो चोर से लै गए उतार परिवार का उही दस्या तुहानू भी 40-50 तोड़ के करीब सोना कहिंदे आ ते 40,000 रुपया कहिंदे आ। ਸੋਨਾ ਕਿਸ ਰੂਪ ਸੀਗਾ ਜੀ ਸੈੱਟ ਸੀ ਜਾਂ ਕਿੱਦਾਂ? ਨਹੀਂ ਅਲੱਗ ਅਲੱਗ ਤਰ੍ਹਾਂ ਦੇ ਗਹਿਣੇ ਕਹਿੰਦੇ ਆ ਗਹਿਣੇ ਸੀ।